ਮੇਰਾ ਤਾਂ ਅੱਜ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ। ਮੈਂ 4 ਦਿਨ ਹੋ ਗਏ ਫੀਲਡ 'ਚ ਆਈ, ਮੈਨੂੰ ਕਿਸੇ ਨੇ ਕੁਛ ਨਹੀਂ ਆਖਿਆ। ਮੈਂ ਵੀ ਕਿਸਾਨ ਹਾਂ, ਮੇਰਾ ਵਿਰੋਧ ਉਹ ਨਹੀਂ ਕਰਨਗੇ, ਮੈਂ ਪੂਰੀ ਉਮੀਦ ਕਰਦੀ ਹਾਂ। ਪਰਮਪਾਲ ਕੌਰ ਸਾਬਕਾ IAS ਆਫਿਸਰ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ VRS ਲਈ ਤੇ ਬਾਅਦ 'ਚੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ। ਭਾਜਪਾ ਨੇ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ। ਜਦੋਂ ਮੀਡੀਆ ਨਾਲ ਇਹ ਗੱਲਬਾਤ ਕਰ ਰਹੇ ਸੀਗੇ, ਜਦੋਂ ਇਹਨਾਂ ਨੇ ਭਾਜਪਾ ਜੁਆਇਨ ਕੀਤੀ, ਤਾਂ ਜਦੋਂ ਮੀਡੀਆ ਕਰਮੀਆਂ ਨੇ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਭਾਜਪਾ ਤੋਂ ਨਾਰਾਜ਼ ਹੈ, ਕਿਸਾਨ ਅੰਦੋਲਨ ਸਾਨੂੰ ਸਾਰਿਆਂ ਨੂੰ ਪਤਾ 1.5 ਸਾਲ ਚੱਲਿਆ ਦਿੱਲੀ ਦੇ ਬਾਰਡਰਾਂ 'ਤੇ, ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਸ਼ੰਭੂ ਬਾਰਡਰ 'ਤੇ ਲੱਗਾ ਹੋਇਆ, ਖਨੌਰੀ ਬਾਰਡਰ ਦੇ ਉੱਤੇ ਜਿਹੜਾ ਧਰਨਾ ਲੱਗਾ, ਜਿਨ੍ਹਾਂ ਨੇ ਕਿਸਾਨਾਂ ਨੇ ਦਿੱਲੀ ਜਾਣਾ ਸੀ ਨਹੀਂ ਜਾਣ ਦਿੱਤਾ, ਉਹਨਾਂ ਦੇ ਅੰਦਰ ਇੱਕ ਜਿਹੜਾ ਗੁੱਸਾ ਹੈ ਕੇਂਦਰ ਸਰਕਾਰ ਦੇ ਪ੍ਰਤੀ। ਤਾਂ ਪਰਮਪਾਲ ਕੌਰ ਸਿੱਧੂ ਜਿਹੜੇ ਆ ਇਹ ਗੱਲ ਕਹਿੰਦੇ ਸੀਗੇ ਵੀ ਕਿਸਾਨ ਮੇਰੇ ਭਰਾ ਨੇ, ਮੈਂ ਖੁਦ ਕਿਸਾਨ ਪਰਿਵਾਰ 'ਚ ਆਉਂਦੀ ਹਾਂ, ਅਤੇ ਜਦੋਂ ਮੈਂ ਕੰਪੇਨ ਕਰਾਂਗੀ ਮੈਨੂੰ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਆਉਣੀ ਨਹੀਂ, ਕਿਸਾਨ ਜਿਹੜੇ ਆ ਮੇਰੇ ਵੀਰ ਨੇ, ਇਹ ਮੇਰਾ ਸਹਿਯੋਗ ਕਰਨਗੇ। ਪਰ ਦਰਅਸਲ ਅਜਿਹਾ ਹੋਇਆ ਕੁਝ ਨਹੀਂ। ਅੱਜ ਮੌੜ ਮੰਡੀ, ਜਿਹੜੀ ਬਠਿੰਡਾ ਦੀ ਇੱਕ ਵਿਧਾਨ ਸਭਾ ਹਲਕਾ ਵੀ ਆ, ਉੱਥੇ ਪਰਮਪਾਲ ਕੌਰ ਸਿੱਧੂ ਜਿਹੜੇ ਆ ਇਹ ਕੰਪੇਨ ਕਰ ਰਹੇ ਸੀਗੇ, ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚ ਗਈਆਂ। ਹੁਣ ਕਿਸਾਨ ਜਿਹੜੇ ਆ ਉਹ ਇਹ ਗੱਲ ਹਿੱਕ ਠੋਕ ਕੇ ਕਹਿੰਦੇ ਆ ਵੀ ਸਾਡਾ ਕਿਸੇ ਕੈਂਡੀਡੇਟ ਦੇ ਨਾਲ ਵਿਰੋਧ ਹੈ ਹੀ ਨਹੀਂ, ਸਾਡਾ ਤਾਂ ਜਿਹੜਾ ਵਿਰੋਧ ਆ, ਸਾਡਾ ਤਾਂ ਜਿਹੜਾ ਗੁੱਸਾ, ਜਿਹੜਾ ਸਾਡਾ ਇਸ ਵੇਲੇ ਆਕਰੋਸ਼ ਆ, ਉਹ ਤਾਂ ਭਾਜਪਾ ਦੇ ਖਿਲਾਫ ਆ, ਕੇਂਦਰ ਸਰਕਾਰ ਦੇ ਖਿਲਾਫ ਹੈ ਵੀ ਕੇਂਦਰ ਸਰਕਾਰ ਨੇ ਜਦੋਂ ਕਿਸਾਨ ਅੰਦੋਲਨ ਹੋਇਆ ਸੀਗਾ 2020 ਦੇ ਵਿੱਚ, 1.5-2 ਸਾਲ ਜਿਹੜਾ ਚੱਲਿਆ, ਉਸ ਤੋਂ ਬਾਅਦ ਕਾਲੇ ਕਾਨੂੰਨ ਵਾਪਸ ਲੈ ਲਏ, ਮੋਦੀ ਸਾਹਿਬ ਨੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਅਤੇ ਮੰਗਾਂ ਨਹੀਂ ਮੰਨੀਆਂ, ਸਾਡਾ ਵਿਰੋਧ ਕੇਵਲ ਔਰ ਕੇਵਲ ਕੇਂਦਰ ਸਰਕਾਰ ਦੇ ਨਾਲ ਹੈ। ਉਸ ਤੋਂ ਬਾਅਦ ਜਦੋਂ ਹੁਣ 5 ਮੀਟਿੰਗਸ ਹੋਈਆਂ, ਜਦੋਂ ਆ ਸ਼ੰਭੂ ਵਾਲਾ ਧਰਨਾ ਲੱਗਣਾ ਸੀ ਉਸ ਤੋਂ ਪਹਿਲਾਂ, ਉਹ ਵੀ ਬੇਸਿੱਟਾਂ ਲਈਆਂ, ਅਤੇ ਇਸ ਕਰਕੇ ਕਹਿੰਦੇ ਵੀ ਅਸੀਂ ਕੈਂਡੀਡੇਟ ਦਾ ਤਾਂ ਵਿਰੋਧ ਕਰਦੇ ਨਹੀਂ। ਪਰ ਪਰਮਪਾਲ ਕੌਰ ਸਿੱਧੂ ਜਿਹੜੇ ਆ ਮਲੂਕਾ ਪਰਿਵਾਰ ਦੀ ਜਿਹੜੇ ਨੂੰਹ ਨੇ, ਇਹ ਬੜੇ ਕੌਨਫੀਡੈਂਟ ਸੀਗੇ ਕਿ ਕਿਸਾਨ ਮੇਰਾ ਸਹਿਯੋਗ ਕਰਨਗੇ। ਪਰ ਅੱਜ ਜਦੋਂ ਮੌੜ ਮੰਡੀ ਦੇ ਵਿੱਚ ਇਹ ਆਪਣੀ ਰੈਲੀ ਦੇ ਦੌਰਾਨ ਇਹ ਰੈਲੀ ਕਰ ਰਹੇ ਸੀ, ਤਾਂ ਉਸ ਦੌਰਾਨ ਕਿਸਾਨ ਜਥੇਬੰਦੀਆਂ ਉੱਥੇ ਪਹੁੰਚੀਆਂ ਅਤੇ ਉਹਨਾਂ ਨੇ ਵਿਰੋਧ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਵੀ ਸਾਡੇ ਸਵਾਲਾਂ ਦੇ ਤੁਸੀਂ ਜਵਾਬ ਦਿਓ, ਵੀ ਤੁਸੀਂ ਵੋਟਾਂ ਕਿਹੜੇ ਹਿਸਾਬ ਦੇ ਨਾਲ ਮੰਗ ਰਹੇ ਹੋ, ਤੁਹਾਡੇ ਕੋਲ ਵੋਟ ਮੰਗਣ ਦਾ ਆਧਾਰ ਕੀ ਹੈ, ਵੀ ਜਿਹੜੀਆਂ ਵੋਟ ਇਸੇ ਕਰਕੇ ਬੰਦਾ ਮੰਗਦਾ ਨਾ ਜਿਹੜਾ ਲੀਡਰ ਹੁੰਦਾ, ਵੀ ਉਹਨੇ ਮੁੜ ਕੇ ਜਨਤਾ ਦੇ ਕੰਮ ਕਰਾਉਣੇ ਹੁੰਦੇ ਆ, ਅਤੇ ਜਨਤਾ ਤੇ ਤਰਲੇ ਲੈਂਦੀ ਪਈ ਆ, ਜਨਤਾ ਨੂੰ ਤੇ ਡਾਂਗਾ ਮਾਰੀਆਂ ਜਾ ਰਹੀਆਂ, ਜਨਤਾ ਦੇ ਉੱਤੇ ਤਾਂ ਅਥਰੂ ਗੈਸ ਦੇ ਗੋਲਿਆਂ ਨਾਲ ਹਮਲਾ ਹੋਇਆ, ਜਨਤਾ ਨੂੰ ਤਾਂ ਗੱਦਾਰ ਤੱਕ ਕਹਿ ਦਿੱਤਾ ਗਿਆ, ਤੇ ਹੁਣ ਉਹਨਾਂ ਲੋਕਾਂ ਕੋਲ ਹੀ ਆਪਾਂ ਵੋਟ ਮੰਗਣ ਆ ਗਏ ਆ। ਸੋ ਕਿਸਾਨ ਜਿਹੜੇ ਆ ਇਹਨਾਂ ਦਾ ਵਿਰੋਧ ਦਾ ਸਾਹਮਣਾ ਪਰਮਪਾਲ ਕੌਰ ਮਲੂਕਾ ਨੂੰ ਵੀ ਅੱਜ ਕਰਨਾ ਪਿਆ, ਮੌੜ ਮੰਡੀ ਦੇ ਵਿੱਚ ਜਿੱਥੇ ਆਪਣਾ ਚੋਣ ਪ੍ਰਚਾਰ ਕਰ ਰਹੇ ਸੀਗੇ। ਉਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਪਣਾ ਵਿਰੋਧ ਜ਼ਾਹਰ ਕੀਤਾ ਵੀ ਅਸੀਂ ਭਾਜਪਾ ਦੇ ਖਿਲਾਫ ਹਾਂ, ਨੇਤਾ ਦਾ ਕੰਮ ਹੁੰਦਾ ਜਨਤਾ ਦੀਆਂ ਮੁਸੀਬਤਾਂ ਹੱਲ ਕਰਨਾ, ਪਰ ਇਹ ਜਿਹੜੀ ਸਰਕਾਰ ਹੈ ਇਹਨੇ ਤਾਂ ਸਾਡੇ ਵਾਸਤੇ ਮੁਸੀਬਤਾਂ ਜਿਹੜੀਆਂ ਨੇ ਇਹ ਹੋਰ ਖੜੀਆਂ ਕੀਤੀਆਂ ਹੋਈਆਂ ਨੇ, ਇਹ ਤਾਂ ਸਾਡੀਆਂ ਮੰਗਾਂ ਮੰਨਦੇ ਹੀ ਨਹੀਂ। ਸ਼ੁਭ ਕਰਨ ਮੁੰਡੇ ਦਾ ਜਿਹੜਾ ਕੇਸ ਹੋਇਆ ਜਿਹਦੇ ਸਿਰ 'ਚ ਗੋਲੀ ਲੱਗੀ, ਉਹ ਅਜੇ ਤੱਕ ਸਰਕਾਰ ਮੰਨਣ ਨੂੰ ਤਿਆਰ ਨਹੀਂ ਵੀ ਗੋਲੀ ਚੱਲੀ ਹੈ, ਮੈਡੀਕਲ ਰਿਪੋਰਟ ਕਹਿੰਦੀ ਹੈ ਵੀ ਉਹਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ। ਪ੍ਰਿਤਪਾਲ ਨੂੰ ਕੁੱਟ ਕੁੱਟ ਕੇ ਉਹਦਾ ਬੁਰਾ ਹਾਲ ਕਰਤਾ, ਮੁੜ ਕੇ ਉੱਥੇ ਰੋਹਤਕ ਦੇ PGI 'ਚ ਦਾਖਲ ਕਰਾਇਆ, ਉਹ 3ਜੇ ਦਿਨ ਜਾ ਕੇ ਮੁੰਡਾ ਲੱਭਾ, ਫਿਰ ਉਹਨੂੰ ਲਿਆਂਦਾ PGI। ਸੋ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ। ਇਸ ਵੇਲੇ ਭਾਜਪਾ ਦੇ ਜਿੰਨੇ ਉਮੀਦਵਾਰ ਹੈ, ਕਿਸਾਨ ਇਹਨਾਂ ਨੂੰ ਤਿੱਖੇ ਸਵਾਲ ਕਰ ਰਹੇ ਆ, ਇਹਨਾਂ ਦੀਆਂ ਰੈਲੀਜ਼ 'ਚ ਪਹੁੰਚ ਜਾਂਦੇ ਆ, ਉੱਥੇ ਜਾ ਕੇ ਇਹਨਾਂ ਨੂੰ ਸਵਾਲ ਕਰਦੇ ਆ ਵੀ ਜਿਹੜੇ ਸਾਡੇ ਮਸਲੇ ਆ ਉਹ ਤਾਂ ਤੁਸੀਂ ਹੱਲ ਕਰਦੇ ਨਹੀਂ, ਨਵਾਂ ਚੋਣ ਮੈਨੀਫੈਸਟੋ ਲੈ ਕੇ, ਨਵੇਂ ਤੁਸੀਂ ਵਾਅਦੇ ਲੈ ਕੇ ਲੋਕਾਂ ਦੇ ਵਿੱਚ ਫੇਰ ਆ ਗਏ ਹੋ। ਇਸੇ ਤਰ੍ਹਾਂ ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਕੈਂਡੀਡੇਟ ਨੇ,
ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਸੀਗੇ, ਜਦੋਂ ਉਹ ਅਜਨਾਲੇ ਦੇ ਪਿੰਡਾਂ ਵੱਲ ਗਏ ਸੀ, ਪਿਛਲੇ ਹਫ਼ਤੇ ਦੀ ਗੱਲ ਹੈ, ਉੱਥੇ ਉਹਨਾਂ ਨੂੰ ਰੋਕ ਲਿਆ ਗਿਆ। ਉਹ ਵੀ ਇਹੀ ਪੈਟਰਨ ਕਿ ਵਿਰੋਧ ਸਾਡਾ ਭਾਜਪਾ ਦੇ ਨਾਲ ਆ, ਉਮੀਦਵਾਰ ਦੇ ਨਾਲ ਤਾਂ ਹੈ ਹੀ ਨਹੀਂ। ਇਸੇ ਤਰ੍ਹਾਂ ਹੰਸ ਰਾਜ, ਹੰਸ ਜਦੋਂ ਵੀ ਚੋਣ ਪ੍ਰਚਾਰ ਵਾਸਤੇ ਫਰੀਦਕੋਟ ਦੀਆਂ ਸੜਕਾਂ ਉਹਨਾਂ ਦੇ ਪਿੰਡਾਂ 'ਚ ਨਿਕਲਦੇ ਨੇ, ਉੱਥੇ ਵਿਰੋਧ ਹੁੰਦਾ ਅਤੇ ਹੁਣ ਵਿਰੋਧ ਸ਼ੁਰੂ ਹੋ ਗਿਆ ਪਰਮਪਾਲ ਕੌਰ ਸਿੱਧੂ ਹੋਣਾ ਦਾ। ਇਸੇ ਤਰ੍ਹਾਂ ਦਿਨੇਸ਼ ਸਿੰਘ ਬੱਬੂ ਜਦੋਂ ਕਿਸਾਨਾਂ ਦੇ ਕੋਲ ਜਾਂਦੇ ਆ, ਸਵਾਲ ਉਹਨਾਂ ਨੂੰ ਵੀ ਕੀਤੇ ਜਾਂਦੇ ਆ, ਅਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਵਾ ਪੂਰਾ ਮੋਰਚਾ ਖੋਲ੍ਹਿਆ ਹੋਇਆ ਭਾਜਪਾ ਸਰਕਾਰ ਦੇ ਖਿਲਾਫ਼। ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਵੀ ਜਿਸ ਤਰ੍ਹਾਂ ਤੁਸੀਂ ਸਾਨੂੰ ਰੋਕਿਆ ਸੀਗਾ, ਜਿਸ ਕਦਰ ਤੁਸੀਂ ਸਾਡੇ ਨੂੰ ਬੈਰੀਗੇਡ ਲਾ ਕੇ ਰੋਕਿਆ ਸੀਗਾ, ਅਸੀਂ ਵੀ ਤੁਹਾਡਾ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਰੋਕਾਂਗੇ, ਉਸੇ ਤਰ੍ਹਾਂ ਤੁਹਾਨੂੰ ਅਸੀਂ ਡੱਕਾਂਗੇ, ਜਾਂ ਤੁਸੀਂ ਸਾਡੇ ਮਸਲੇ ਹੱਲ ਕਰਾਓ ਅਤੇ ਜਾਂ ਤੁਸੀਂ ਸਾਡੇ ਤੱਕ ਵੋਟ ਮੰਗਣ ਆਓ ਹੀ ਨਾ। Subscribe to One India channel and never miss an update.